Det betyder jo også, at det er egentlig ठीक है सारे तो पहले तो मैं ही सुना थैंक यू तुसा सकी टाइम दिता से गल्ला बंदे टाइम भी नहीं देने ते फिर हुन मैं सुन पर सिर्फ ये सवाल पूछ सा जिले तो सा इथे आए सो सुना ना सा जे कितना चिर हो गया आए अपने बचपनिया गल्ला इए जियां सन सॉरी अपनी कहानी है ठीक है ते फिर हुन शुरू करो जित अपना पहले अपना नाम और सब तो पहले पूरा नाम सुन मेरा नाम नसीम अख्तर ਤੁਸੀਂ ਪਤਾ ਸਨੀ ਡੇਟ ਆਫ ਬਰਥ ਪਰ ਪਦਾਸ਼ ਤਰੀਕ ਪਦਾਸ਼ ਕਿ ਲਿਖਿਆ ਤਾਂ ਸਾਲਾ ਨਹੀਂ ਹੋਈ 9/10/47 ਤੇ ਤੁਹਾਨੂੰ ਹੋਰ ਆਪਣਾ ਵਈ ਆਪਣੇ ਬਚਪਨ ਦੇ ਬਾਰੇ ਚ ਕੁਝ ਬਹੁਤ ਜਾਂ ਨਿੱਕੇ ਹੋਣ ਸੋ ਪਾਕਿਸਤਾਨ ਕਿਸ ਤਰ੍ਹਾਂ ਰਹਿਣੇ ਸੋ ਪਾਕਿਸਤਾਨ ਬੜੀ ਯਾਦ ਰਹੀ ਹੈ ਪਰ ਠੀਕ ਰਹੀ ਹੈ ਜਿਸ ਤਰ੍ਹਾਂ ਅੱਲਾ ਨੂੰ ਕਮੈ ਨਾ ਸਾਂ ਕੋਈ ਤਕਲੀਫ ਕੋਈ ਨਹੀਂ ਤੱਕੀ ਪਾਕਿਸਤਾਨ ਠੀਕ ਰਹੀ ਹੈ ਨਿੱਕੇ ਹੋਣੇ ਆ ਵਈ ਕਿਸ ਤਰ੍ਹਾਂ ਵੀ ਕੋਈ ਗੱਲ ਬਹੁਤ ਆਪਣੀ ਸਟੋਰੀ ਬਚਪਨੀ ਗੱਲ ਬੰਦੇ ਯਾਦ ਬੜੀ ਯਾਦ ਰਹੀ ਉਹ ਨਿੱਕੇ ਹੋਣੇ ਨਹੀਂ ਪਰ ਜਿਹੜਾ ਨਾ ਮਾਊ ਪਿਓ ਅਸਾਂ ਕਿ ਸੋਹਣੀ ਤਰ੍ਹਾਂ ਪਾਲਿਆ ਅਸਾਂ ਜਿਹੜੀ ਚੀਜ਼ ਮੰਗੀ ਹੈ ਦਿੱਤੀ ਕੀਤੀ ਹੈ ਇਹਨੇ ਪਿਓ ਕਹਿੰਦੀ ਬਾੜੀ ਠੰਡੀ ਨਹੀਂ ਕੰਮ ਕਰਨੇ ਸਾਂ ਤਾਂ ਸੋਹਣੀ ਤਰ੍ਹਾਂ ਅਸੀਂ ਪਾਲਿਆ ਸਾਂ ਫਿਰ ਇੱਥੇ ਜਿਲ੍ਹਾ ਆਏ ਹਾਂ ਬਈ ਇਹ ਲੋਕ ਚੰਗੇ ਸਨ ਪੁੱਤਰਾ ਅਸੀਂ ਕੋਈ ਪ੍ਰਾਪਤ ਨਹੀਂ ਹੋਈ ਹਸਪਤਾਲਾਂ ਗਏ ਹਾਂ ਟਾਊਨ ਵਿੱਚ ਗਏ ਹਾਂ ਜਿੱਧਰ ਗਏ ਹਾਂ ਕੋਈ ਅਸੀਂ ਤਕਲੀਫ ਨਹੀਂ ਹੋਈ ਬਈ ਜਿਹੜਾ ਨਾ ਚੀਜ਼ ਉਲਾ ਤਾਂ ਇੰਗਲਿਸ਼ ਇਹ ਕੁਰਸੀ ਮਾਰੀ ਗਈ ਪੁੱਤਰੇ ਸੈਣਾ ਨਾਲ ਆ ਚੀਜ਼ ਇੰਨੇ ਸਾਂ ਨਾ ਇੰਨਾ ਪੈਣੀ ਹੁੰਦੀ ਹੈ ਅਤੇ ਨਾ ਇੰਨਾ ਪੈਣੀ ਛੋੜੀ ਹੈ ਸਾਰੇ ਲੋਕ ਭੈਣ ਨਾ ਅਤੇ ਅੱਧੇ ਤੋਂ ਕੱਪੜੇ ਇਹ ਗੱਲ ਤਾਂ ਹੈ ਨਾ ਇਹ ਸੂਲਾਂ ਨੇ ਲੋਕ ਬਹੁਤ ਚੰਗੇ ਸਨ ਕੋਈ ਇੰਨਾ ਚੱਕਰ ਨਹੀਂ ਕੀਤਾ ਸਾਂ ਮੁਸਲਮਾਨਾਂ ਦਾ ਜਿਹੜੇ ਪਹਿਲੇ ਗੋਰੇ ਸਨ ਹਸਪਤਾਲਾਂ ਹੀ ਜਾਣੇ ਸਨ ਇਤਨੀ ਖਿਦਮਤ ਕਰਨੇ ਸਨ ਡਾਕਟਰ ਕੋਲ ਜਾਣੇ ਸਨ ਇਤਨਾ ਕਰਨੇ ਸਨ ਊਂ ਤੂੰ ਬੀਬੀ ਵਿੱਚ ਜਾ ਤਾਂ ਪੋ ਮਿੰਟਾਂ ਨਹੀਂ ਦੇਣੇ ਉਸ ਵੇਲੇ ਬੜੀਆਂ ਸਹੂਲਤਾਂ ਸਨ ਬੱਚਿਆਂ ਦੀ ਵੀ ਕਸਮੇ ਇਹ ਇਤਨਾ ਕਰਨੇ ਸਨ ਬੱਚਿਆਂ ਨਾਲ ਮਾਊ ਪਿਓ ਨਾਲ ਵੀ ਬਹੁ ਕਰਨੇ ਸਨ ਬੱਚਿਆਂ ਨਾਲ ਇਤਨਾ ਕਰਨੇ ਸਨ ਦੇਖਭਾਲ ਛੋੜੀ ਆਏ ਹਾਂ ਮੈਂ ਨਿੱਕੇ ਨਰਸਰੀ ਛੋੜਿਆ ਕਰਾਂ ਨਾ ਤਾਂ ਹੁਣ ਤਾਂ ਜਾਣੀਆਂ ਸੇਫ ਦੇ ਨਾਲ ਪਿਓ ਛੋੜੀ ਨਾਲ ਅਸੀਂ ਤੂੰ ਸਮਝਾਓ ਅਸਾਂ ਜਾਣੀਆਂ ਬੱਚੇ ਜਾਣੇ ਬਿਲਕੁਲ ਤੂੰ ਤੰਗੀ ਨਾ ਕਰੋ ਇਹ ਜਰਾ ਕਰਾਉਣੇ ਤੂੰ ਚੁੱਪ ਕਰੀ ਰਹਿਣੇ ਸਨ ਹੁਣ ਤਾਂ ਬਾਣੀਆਂ ਨਾਲ ਪਹਿਲਾਂ ਹੀ ਨਾ ਸਕਣੀਆਂ ਹੁਣ ਆਪਣੀਆਂ ਨਾ ਹੁਣ ਆਪਣੀਆਂ ਤਾਂ ਹੁਣ ਬਿਲਕੁਲ ਨਹੀਂ ਕਰਨੀਆਂ ਮੈਂ ਇੱਕ ਧੀਏ ਥਾ ਮਤਲਬ ਪੰਜ ਪੈਣੀਆਂ ਨੇ ਹੁਣ ਸਾਥ ਬਾਵੇ ਨਰਸਰੀ ਹੋਣੀ ਸੀ ਅਤੇ ਉਹ ਰਹਿਣੀ ਨਹੀਂ ਸੀ ਹੋਣੀ ਜਿਹੜਾ ਬੰਦਾ ਸ਼ਹਿਰਾਂ 'ਚ ਮੁੱਟੀ ਜਾਣੀ ਸੀ ਇੱਕ ਤਾਂ ਮੈਂ ਗਈ ਹਾਂ ਆਣੇ ਨੂੰ ਇੱਕ ਮੈਂ ਮਾੜੀ ਕੁੜੀ ਮਹੀਨੇ ਤਾਂ ਆਈ ਹਾਂ ਉਹ ਤਾਂ ਰੋਣੀ ਸੀ ਕਿਸੇ ਬੰਦੇ ਨਾਲ ਲੈ ਗਈ ਹੈ ਅੱਲਾ ਮੁੰਗ ਤਾਂ ਲੋਸਾਂ ਛੱਟ ਗੁਜ਼ਰਿਆ ਤਾਂ ਉਹ ਹੀ ਨਹੀਂ ਆਈ ਕਾਰ ਆਖਣੀ ਹੈ ਤਾਂ ਹੀ ਰੋਣੀ ਸੀ ਅਤੇ ਮੈਂ ਕਾਰ ਹੀ ਨਹੀਂ ਗਈ ਸਾਂ ਅਤੇ ਜੇ ਹੁਣ ਇਸ ਲਈ ਆਖਾਂ ਕੋਈ ਵੀ ਨਹੀਂ ਜਾ ਦੇਣਾ ਦੇਣਾ ਕੋਈ ਬੜੀ ਬੱਚੀ ਹੈ ਉਹਲਾ ਸਹੂਲਤਾਂ ਚੰਗੀਆਂ ਸਨ ਹਾਂ ਤਾਂ ਕੋਈ ਤੁਹਾਨੂੰ ਲਾਡੇ ਦਾ ਨਾ ਆਉਣਾ ਸੀ ਨਿੱਕਿਆਂ ਦਾ ਕੋਈ ਲਾਡੇ ਨਾਲ ਕੋਈ ਮਾਂ ਪਿਓ ਲਾਡੇ ਨਾਲ ਕੋਈ ਆਪਣੇ ਬੱਚੇ ਨਾਲ ਨਾ ਰੱਖੀ ਕਿ ਨਾ ਹੀ ਹੈ ਨਸੀਮ ਸੀ ਤਾਂ ਸੀਮਾ ਸੀਮਾ ਹੀ ਆਖਣੇ ਸਨ ਹੋਰ ਲਾਡ ਕਿਆ ਸੀਗਾ ਬੱਚੀ ਆਪਣੇ ਮਾਊ ਪਿਓ ਨਸੀਮ ਹੀ ਰੱਖਿਆ ਸੀ ਤਾਂ ਬੁਲਾਉਣੇ ਵੀ ਦੇਣ ਤਾਂ ਉਹ ਜਿਹੜੇ ਨਗੂ ਪਿੱਛੋਂ ਹੀ ਸੀਮਾ ਤਾਂ ਜਿਹੜੀਆਂ ਸਹੂਲਤਾਂ ਜਿਹੜੀਆਂ ਮਿਲਖਾ 'ਚ ਵੀ ਅਸਾਂ ਉਹ ਖੁਦ ਕੋਈ ਨਹੀਂ ਤੱਕੀ ਹੁਣ ਆਖਾਂ ਨਾ ਕਦੇ ਤੱਕੀ ਹੈ ਕੋਈ ਨਹੀਂ ਇਸ ਮਿਲਖਾ 'ਚ ਵੀ ਮੈਂ ਆਈ ਹਾਂ ਮੈਂ ਕੋਈ ਨਹੀਂ ਤੱਕੀ ਉਹ ਖੁਦ ਕੋਈ ਨਹੀਂ ਨਾ ਸਕੂਲ ਗਏ ਸੋ ਪਾਕਿਸਤਾਨ ਸਕੂਲ ਜਾ ਕੋਈ ਨਾ ਗਈ ਮਾੜੀ ਇੱਥੇ ਹੀ ਮੈਂ ਸਕੂਲ ਸ਼ਕੂਲ ਕੋਈ ਨਾ ਗਈ ਨਾ ਇੱਥੇ ਗਈ ਹਾਂ ਨਾ ਉੱਥੇ ਗਈ ਹਾਂ ਸਕੂਲ ਸ਼ਕੂਲ ਟਾਈਮ ਸੋਹਣਾ ਪਾਸ ਹੋਈ ਗਿਆ ਜਿਹੜੀ ਹੁਣ ਅੱਗੂ ਰਹਿਣੀ ਹੈ ਇਸ ਨਹੀਂ ਤੰਗੀ ਬਸ ਹੋਰ ਅਸਾਂ ਕੋਈ ਤਕਲੀਫ ਨਹੀਂ ਕਸਮੇ ਤੱਕੀ ਹਸਪਤਾਲ ਜਾਣੇ ਨੇ ਆ ਤਾਂ ਵੀ ਸੋਹਣੀ ਤਰ੍ਹਾਂ ਅਜੇ ਵੀ ਮੇਕੀ ਬਣਾਉਣੀਆਂ ਨੇ ਇਹ ਅੱਖੀ ਚੈੱਕ ਕਰਨੀਆਂ ਸ਼ੂਗਰ ਚੈੱਕ ਕਰਨੀਆਂ ਸੋਹਣੀ ਤਰ੍ਹਾਂ ਤੇ ਜਿਹੜਾ ਇਹ ਇੰਗਲਿਸ਼ ਤੁਸਾਂ ਵੀ ਤੁਸਾਂ ਦੇ ਉੱਥੇ ਸ਼ਜ਼ਾਇਰ ਸਕੂਲ ਹੀ ਨਾ ਦੇ ਤਾਂ ਫਿਰ ਇੰਗਲਿਸ਼ ਕਿੱਥੋਂ ਮੱਛਣੀ ਸੀ ਵੀ ਕਦੋਂ ਮੱਛਣੀ ਹੈ ਬੰਦਾ ਹਾਂ ਤੂੰ ਨਾ ਫਿਰ ਆਪਣਾ ਬੰਦਾ ਰੱਖਣੇ ਸਨ ਹਾਂ ਆਪਣਾ ਬੰਦਾ ਆਉਣਾ ਸੀ ਨਾ ਬੜੀਆਂ ਸਹੂਲਤਾਂ ਸਨ ਤੇ ਇਹ ਨਾ ਉੱਥੋਂ ਨੇ ਇਸ ਪਤਾ ਸ਼ਾਦੀ ਕਿੱਲਾ ਆਈ ਸੀ ਕਿਸੇ ਨਾਲ ਸੋਈ ਗਈ ਸ਼ਾਦੀ ਹੋਈ ਆ ਸ਼ਾਦੀ ਨੂੰ ਵੀ ਨਹੀਂ ਯਾਦ ਰਹੀ ਤੀਸਰਾ ਮਹੀਨਾ ਸੀ ਸਨ ਮੀ ਨਹੀਂ ਪਤਾ ਹੋਵੇ ਕਿਤਨਾ ਨਿੱਕੇ ਆ ਕੇ ਬੰਦੇ ਤਾਂ ਹਾਣੇ ਜਿਸ ਤਰ੍ਹਾਂ ਤੁਸਾਂ ਹਾਲਾਤ ਸੁਣਾਉਣ ਸੋ ਵੀ ਮੈਂ 14 ਸਾਲਾਂ ਦੀ ਸ਼ਾਦੀ ਹੋਈ ਇਸ ਤਰ੍ਹਾਂ ਸ਼ਾਦੀ ਮਾੜੀ ਜਿਹੜੀ ਹੈ ਮੈਂ 19-20 ਸਾਲਾਂ ਨੀ ਗਿਆ ਮੈਨੂੰ ਨਿੱਕੇ ਹੋਣੇ ਨੀ ਮਾੜੀ ਸ਼ਾਦੀ ਹੋਈ ਹਾਂ ਤੇ ਇਸ ਲਈ ਮਾੜੀ ਧੀ ਜਿਹੜੀ ਬੜੀ ਆ ਉਹ 47 ਸਾਲਾਂ ਦੀ ਹੋਈ ਹੈ ਜਮੀਲ ਅਸੀਂ 44 45 ਤੇ 11ਵੇਂ ਵਿੱਚ 11ਵਾਂ ਹੀ ਹੈ ਨਾ ਇਸਨੇ 21 ਤਾਰੀਖ ਹੋ ਸੀ ਇਹ 4 ਸਾਲ ਨਿਕਾਹ ਪੈਣ ਨਾਲ ਸ਼ਾਦੀ ਕੀਤੀ ਸੀ ਫਿਰ ਮੈਂ ਬੁਲਾਇਆ ਸੀ
ऐसी पुत्रा उल्लै भाई जेड़ा ना जिल्लै नमी नमी आई सौ घबरी बहु गई सौ इ'यै भैन सी इक ते कथा चाची लम्मी है उस ये दो माड़ियां ऐसन भाई बापदार ते इ'यां भ्रा ही लगना सी इक ओह् पहले आए अस ते माड़ी चाची होरां ने घरै चुन गया आया मिलने वास्तै जाना घबरियां बिलकुल कोई ना असें इत्थै सारे अपने आ भाई असें उल्लै अच्छन जान पुत्तरा बहु आना सी सारी दिहाड़ी डोर खुली रहनी सी साढ़ी माड़ी धी त्रियां सालां नी में आंदी सी ते उहे डोर खोली होनी सी केईं गी पता सी भाई डोर इसलै तां नां खोली सकने सारी दिहाड़ माड़ी डोर खुली रहनी सी अभी कोली पुछी कि भाई जिल्लै जाना सन ते डोर सारी खुली होनी सी ते इक बारी सराया भाई एह् निक्की माड़ी जेह्ड़ी सी ना ते चाचा सी बेचारा बिस्ती भरी गेआ ओह् बड़ा ख्याल करना होना सी एह् गेई ते उत्थै इक दिन अब्बे आया भाई तू लोज लेई जानी उत्थै ते अज्ज में तुगी आई गेई तां एह् मासां ओह् कीता भाई आई ते सेई गेई उप्पर सेई रेही सारे उन्ना कोल पुच्छेआ ओह् आखन कुड़ी च रुकनी गई बी ऐ अस आख घर कोई नी सारे लोड़ी टूंडी रेहा इत्थे ना फिक्र पेई गेआ कुत्थै पेई गेआ भाई एह् कुतै नकैड़ फिर ढली ना जागी जिल्लै रूमा बीह् फेरे कीते कुड़ी कोल लग्गे कुतै कुतै चप्पी ते सेई गेई ते जिल्लै आई ते आनियै में तां चप्पी साबा आना सी मासा ते माड़ा चाचा मिगी अच्छा नहीं सी देना बहु ख्याल करना सी ते अम्मा में तां चप्पी गेई सा में क्या पताबा मासी भाई ते फिर उसी इक बार निकलेआ सुब्बा सुब्बा निकलेआ ते आखे चाचा ही अच्छा चाचा ही अच्छा ते आखिर भाई तां पिछावा होना बड्डियां आनियां होनियां सन ते उसी पता लग्गा भाई जेह्ड़ा कुड़ी गी निकलेआ ते कुसै बया भाई कुड़ी गी बहुत सुब्बा निकलेआ मन मरी जाए भाई उदो जी ले आया आखने कह आया तां एह् कोई नी पिछावा अच्छी ताई ते कुड़ी उठी ते बेही नहीं चाचा आया इतना कसमें ख्याल करने बहु ख्याल करने उन्हें सुने मुड़ी फिर आखने एह् घर सवाई ते अल्लाह राम देसी सवाई सुब्बा जेह्ड़ा एह् बड़ी भैड़ी बीमारी ऐ पिछावा बी पेई जाना सी हां ते फिर जिच रेह हां चंगी तरह नवाह निभा भैनां भ्रावां च हून ओह् अगलियां गल्लां धीए फिरी गेइयां जिन्हें पहले सुनना बीह् आह्ला साहब इन्ना ने घर बी बोले असें असां नाल बी कितने बंदे रहने सन जिल्लै में आई हां ना त्रै चार जने रहने सन ते कुसै ने जी गदा हून आने फलाना कि आया सी फलाना कि आया सी उसलै गल्ल पुत्तरा कोई नहीं सी बड़े सोह्ने टाइम पास कीते कोई तकलीफ नहीं होई ना में इत्थे डरदी आई पहले उधर घर सी उधर अस्पताल है कोल बोला लै स्ट्रीट होनी सी हां उत्थे होने सन ते फिर ओह इन्ना गौरमेंट पट्टी छोड़िया सी ना फिर ही दस सी एह 20 रुपए पहले इत्थे एह च रुकने इत्थे सो ते इन्ना नच्छन जान साढ़ा बहु आना सी भाई जेड़े इन्ना ने आदमी सन ना इतना ख्याल करने सन में बच्चा जिल्लै होया बड्डा एह् चीज इस तरह करेआं से इस तरह करेआं से इस तरह करेआं देखभाल इस तरह होनी ऐ फिक्र ना करेआं ते माना जिल्लै जान ना ते सा तरी दस्सने रे में हां एह् हून टुरना नहीं टोए ते आखने टुरेआं जिल्लै थोड़ा फंडा इक नहीं छोड़ना गा तू टुरने शौक है भाई तू भी बेचारे फिर बेहले मरी गए बेचारे बड़ा ख्याल बड़ी चंगी आदत सने इतना कसमें चंगी आदत सने कोई हिसाब नहीं भाई सन घर बेचारे असें दो त्रै घर असें तक्के जिल्लै सौदा करना लोग अग्गें पिच्छें करी छे एह् मानदे सन जिल्लै एह् असें घर होंदा ना ते म्हारा भ्रा अल्लाह जिंदगी अल्लाह जनते घर घरा इन्ना बड़ा भ्रा सी ते आखना भाई एह् घर भरू कदें ना छोड़ेआ जे माड़ी भैन की आसरा होई जासी तुसां ना महंगा भी लब्भै ना ते इन्ना छोड़ेआ असें खैर भलाई शलाई कीती होई गेआ इन्ना चाचा लगना ओह् आखना महंगा आंदा ही एडा तू महंगा आंदा मकान इस खराब हो गया इन्ना आया महंगा जिस रहा भाई में मी उस पर ओह् आखेआ सी माड़ी भैन तू सना आसरा उसी ते अस इंसान भाई इन नींदा पुत्तरा फिर असें बल शल कराया फिर पता नहीं हून इत्थै चालियां तो में हूँ उइयो सन चाली साल चाचे कितने साल होए होने 43 44 43
ਸਾਲਾਂ ਕੇ ਬਾਅਦ ਦਿੱਤਾ ਅਹਿਸਾਸ ਸਾਲਾਂ ਕੇ ਬਾਅਦ ਦਿੱਤਾ ਅਹਿਸਾਸ ਉਹ ਇਹ ਫਿਰ ਬੰਦਾ ਉਸ ਲੜੀ ਨਾ ਸੋਚਣਾ ਹੋਵੇ ਸਰ ਕਿਆ ਹੈ ਤੇ ਭਾਵੇਂ ਕਿਤੇ ਨਾ ਕਿਤੇ ਦੱਸੇ ਕੁਝ ਯਾਦ ਹੈ ਮੈਂ 3000 ਨਾ ਇਹ ਕਾਰਡ ਇਹ 3000 ਨਾ ਇੰਦਾ ਸੀ ਆਣੇ ਸਨ ਮਹਿੰਗਾ ਇੰਦਾ ਮੈਂ ਇਹਨਾਂ ਨੂੰ ਚਾਚਾ ਸੀ ਨਾ ਮਾਂ ਪਿਓ ਨੇ ਮਾਵੇਂ ਨੇ ਪੁੱਤਰ ਸੀ ਨੇ ਜਾਣਾ ਸੀ ਮਹਿੰਗਾ ਇੰਦਾ ਇਹ ਵੇ ਤੁਸੀਂ ਇਹ ਮਤ ਤੁਹਾਡੇ ਪੈਸੇ ਤੁਹਾਡੇ ਕੋਲ ਬਹੁਤ ਨਾ ਤੂੰ ਮਹਿੰਗਾ ਇੰਦਾ ਇਤਨਾ ਬੜਾ ਕਾਰਡ ਤੇ ਉਹ ਤਾਂ ਸੋਚੋ ਤਾਂ ਫਿਰ ਅਸਾਂ ਫਿਰ ਖਰਾਬ ਬਹੁ ਸੀ ਨਾ ਵੇ ਫੱਟੇ ਸਨ ਅੰਦਰ ਕਿ ਜਕਾਖ ਨਹੀਂ ਸੀ ਫਿਰ ਅਸਾਂ ਬਲ ਖਿਆਲ ਕਰਾਇਆ ਕਿਉਂ ਕਿਉਂ ਜਾ ਰਹੇ ਅਸੀਂ ਬੈਠਾ ਸੀ ਬਲ ਖਿਆਲ ਕਰਾਈ ਤਾਂ ਸਭ ਕੀ ਹਾਂ ਚਲੋ ਸਹੀ ਸੀ ਹਾਂ ਹਾਂ ਤੇ ਫਿਰ ਵੀ ਤੁਸੀਂ ਘਰ ਹੀ ਰਹੀ ਟਾਈਮ ਪਾਸ ਹੋਈ ਕਿਆ ਮਾੜੀ ਧੀਏ ਬੱਚੇ ਨਿੱਕੇ ਨਿੱਕੇ ਪਾਲੇ ਹਾਂ ਦਰਵਾਜੇ ਖੁੱਲੀ ਸਨ ਬੱਚੇ ਸਕੂਲ ਲੈ ਜਾਣੇ ਆਪੂ ਲੈ ਜਾਣੇ ਸਨ ਨਾ ਆਉਂਦੇ ਨਾ ਛੋੜੇ ਬੱਚੇ ਜਿਹੜੇ ਬਸ ਗਿਆਨ ਕੁਛ ਨੀ ਛੱਡ ਬੈਠਾ ਕੋਈ ਚੀਜ਼ ਬਸ ਆਉਂਦੀ ਟਾਈਮ ਗੁਜ਼ਰੀ ਜਾਣਾ ਸੀ ਪਤਾ ਹੀ ਨਹੀਂ ਲੱਗਣਾ ਕੁਛ ਨੀ ਤਾਂ ਮੌਸਮ ਕਿਸ ਤਰ੍ਹਾਂ ਆਉਣਾ ਸੀ ਬਈ ਉਹਲੇ ਮੌਸਮ ਜਿਹੜਾ ਬੜਾ ਖਰਾਬ ਹੋਣਾ ਸੀ ਵੱਡੀਆਂ ਬਰਫ਼ਾਂ ਪੈਣੀਆਂ ਕੋਹਰੇ ਪੈਣੇ ਸੀ ਇੱਥੇ ਬਰਫ਼ ਦੁੱਧ ਬੜਾ ਰਹਿੰਦੀ ਸੀ ਚਾਹ ਨਹਾਉਣਾ ਇਤਨੀ ਬਰਫ਼ ਢੇਰ ਲੱਗੀ ਹੋਈ ਸੀ ਪਾਣੀ ਕੇਟਲੀਆਂ ਨਾਲ ਪਕਾਈ ਪਕਾਈ ਤਾਂ ਪੁੱਤਰਾ ਇਹ ਬਣੇ ਹੋਏ ਸਨ ਤਾਂ ਬਰਫ਼